दो भूआ ने पर जेडी असली भूआ ना मैं ओनू नहीं मानती भूआ जेडी बनाई हुई है भूआ मैं तो मानती हाँ आके खड़ती तो हैगी की लेके जाती है आपकी भूआ की लेके जाती है जे तू लैन देन की गल करती है ना जिन्हें जो की है करती है टाइम ते आके खड़ती है गल पैसे दी नहीं हुंदी जेड़ा खून का रिश्ता खून का ही रहना जिथे अपने खड़ना उथे अपना नहीं खड़ना टाइम पैसे दिन सब कुछ पता लगना ਤੁਸੀਂ ਸਾਰਾ ਦਿਨ ਉਹਦੀ ਧੀ ਦੇ ਕੋਲ ਜਾਈ ਜਾਇਆ ਕਰੋ ਪਤਾ ਨੀ ਉਹ ਤੁਹਾਨੂੰ ਕੀ ਦੇ ਕੇ ਜਾਂਦੀ ਹੈ ਇਹ ਜਾ ਆਹ ਤੇ ਤੁਹਾਡੇ ਚੱਕਰ ਚ ਮੇਰਾ ਮੁੰਡਾ ਵੀ ਸੌਂ ਗਿਆ ਪਤਾ ਨੀ ਕੀ ਕਰੀ ਜਾਂਦੇ ਰਹਿੰਦੇ ਸਾਰਾ ਦਿਨ ਉਹਦੀ ਉਹਦੀ ਧੀ ਦੇ ਕੋਲ ਜਾਈ ਜਾਣੀ ਮੰਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੇਰੀ ਧੀ ਮੰਮੀ ਮੰਮੀ ਚੱਲ ਰਹੀ ਹੈ ਕਿੱਥੇ ਟਾਈਮ ਨਾਲ ਉਹ ਕਿੱਥੇ ਦਵਾਈ ਮੇਰੇ ਤੁਹਾਨੂੰ ਪਤਾ ਹੀ ਹੈ ਮੰਮੀ ਉਹਨਾਂ ਕੋਲ ਕਿੱਥੇ ਟਾਈਮ ਹੁੰਦਾ ਆ भाभी मेरे ना सिद्धी बस मिल गई अज इसे लिए मैं जल्दी आ गई चल वधिया सत श्रीकाल लाई भुआ सत और मम्मी ठीक है पुत्त ठीक है सब चल ठीक है पुत्त चाह बना के लिया पापी मीरा कितने इतने कितने काम ही गए थे पूछ दिया फोन करके एक मिनट हेलो हाँ जी कितने हो तुसी मैं इतनी बस मार छड़न आया सी हाँ जी मैं क्या आ जंदे हरप्रीत दीदी आए सी अच्छा अमन दीदी नहीं आई नहीं वो भी आंदे ही होने हैं चल तुसी आ जाओ फिर बस ठीक है तो इन्हें चाह पानी पिला लो मम्मी बनाते पे चाह पानी तो तुम आ जाओ पहले ठीक है चलो ठीक है ओके बस आ ही रहे दीदी इतने नेड़े ही है कि बैठो तुम ले ये आई गए दीदी सत श्री अकाल क्या और किदा ठीक है ठीक है दीदी किदो आई मैं हुणी ही आई हां और घर सब ठीक ठाक ਚਾਹ ਪਾਣੀ ਬਣਾਉਣਾ ਸੀ ਕੁਛ ਬਣਾਇਆ ਹਾਂ ਮੰਮੀ ਗਏ ਹੋਏ ਬਣਾਉਣ ਆ ਦੇਰ ਨਹੀਂ ਸੀ ਗੋਦੀ ਚੁੱਕ ਚੱਲਦਾ ਮੈਂ ਕਿਹਾ ਚੱਲ ਮੰਮੀ ਬਣਾਉਂਦੇ ਠੀਕ ਅਮਨ ਦੀ ਵੀ ਨਹੀਂ ਆਈ ਆਉਂਦੀ ਹੋਣੇ ਕੀਤਾ ਸੀ ਮੈਂ ਫੋਨ ਤੁਸੀਂ ਫੋਨ ਕਰਕੇ ਪੁੱਛੋ ਲੈ ਆਈ ਗਏ ਤੂੰ ਮੰਨ ਨਹੀਂ ਫੋਨ ਕਰਦਾ ਸੀ ਬੜੀ ਲੰਮੀ ਉਮਰ ਹੈ ਰੱਬ ਤੈਨੂੰ ਵੀ ਲੰਮੀ ਉਮਰ ਦੇਵੇ ਸਾਡੇ ਵਾਸਤੇ ਤਾਂ ਛੋਟਾ ਹੀ ਆ ਗੱਲ ਛੋਟਾ ਜਿਹਾ ਕੇਕ ਲੈ ਕੇ ਆਈ ਹਾਂ ਮੈਂ ਆਜੋ ਬੈਠੋ ਕਿੱਦਾਂ ਭਾਬੀ ਠੀਕ ਹੋ ਹਾਂਜੀ ਹਾਂਜੀ ਵਧੀਆ ਸਤਿ ਸ਼੍ਰੀ ਅਕਾਲ ਬੈਠੋ ਦੀ ਤੁਸੀਂ ਦੀ ਕੀ ਲੋੜ ਸੀ ਐਵੇਂ ਨਹੀਂ ਖੇਚਲ ਕਰਦੇ ਰਹਿੰਦੇ ਤੁਸੀਂ ਲੈ ਫਿਰ ਕੀ ਹੋਇਆ ਮੇਰਾ ਇੱਕੋ ਇੱਕ ਤਾਂ ਭਰਾ ਵਾ ਨਹੀਂ ਤੁਸੀਂ ਹਰ ਵਾਰ ਇੰਨਾ ਖਰਚਾ ਨਾ ਕਰਿਆ ਕਰੋ ਇੰਨਾ ਨਹੀਂ ਚੰਗਾ ਲੱਗਦਾ ਹੋਰ ਦੀਦੀ ਪਿਛਲੀ ਵਾਰ ਵੀ ਤੁਸੀਂ ਕਿੰਨੀ ਮਹਿੰਗੀ ਘੜੀ ਦੇ ਕੇ ਗਏ ਹਰੇਕ ਵਾਰ ਤੁਸੀਂ ਬਹੁਤ ਖੇਚਲ ਕਰਦੇ ਹੋਰ ਐਵੇਂ ਨਾ ਤੁਸੀਂ ਇੰਨੇ ਪੈਸੇ ਕਰੇ ਕਰੋ ਉਹ ਪਿਛਲੀ ਤੋਂ ਪਿਛਲੀ ਵਾਰ ਤੁਸੀਂ ਮਾਈਕ੍ਰੋਵੇਵ ਲੈ ਕੇ ਆਏ ਆ ਇੰਨਾ ਨਹੀਂ ਖਰਚਾ ਕਰੀਦਾ ਹੁੰਦਾ ਕੁਛ ਨਹੀਂ ਵੀਰੇ ਕਾਹਨੂੰ ਟੈਨਸ਼ਨ ਲੈਣਾ ਚੱਲ ਬਸ ਤੂੰ ਦੀਦੀ ਨਾਲ ਜਾ ਕੇ ਖੇਲ ਜੀ ਤੁਸੀਂ ਇੰਨੇ ਲੇਟ ਕਾਹਤੋਂ ਹੋ ਗਏ ਆਉਣ ਚ ਹਰਪ੍ਰੀਤ ਦੀਦੀ ਤਾਂ ਕਦੋਂ ਦੇ ਆਏ ਬੈਠੇ ਆ ਦੇਖ ਭਾਬੀ ਮੇਰੀ ਨਾ ਨਹੀਂ ਪੈਣਾ ਇਸ ਕਰਕੇ ਮੈਂ ਡਰਾਈਵ ਤਾਂ ਕਰ ਨਹੀਂ ਸਕਦੀ ਔਰ ਤੈਨੂੰ ਪਤਾ ਗੱਡੀ ਬਿਨਾ ਮਾਣ ਸਕਦੀ ਗੱਡੀ ਡਰਾਈਵਰ ਲੈ ਕੇ ਗਿਆ ਸੀ ਤੇਰੇ ਭਾਈ ਦੇ ਨਾਲ ਤੇ ਮੈਂ ਰਸਤੇ 'ਚ ਕੇਕ ਵੀ ਲੈਣਾ ਸੀ ਇਹਦੇ ਕਰਕੇ ਮੈਂ ਲੇਟ ਹੋ ਗਈ ਪਹਿਲੇ ਡਰਾਈਵਰ ਨੂੰ ਦੱਸ ਕੇ ਰੱਖਣਾ ਸੀ ਵੀ ਮੈਂ ਇੰਨੇ ਵਜੇ ਜਾਣਾਗਾ ਮੇਰੇ ਭਰਾ ਦਾ ਬਰਥਡੇ ਆ ਹੋਰ ਅਸੀਂ ਕਦੋਂ ਦੇ ਡੀਕ ਦੇ ਤੁਹਾਨੂੰ ਚਲ ਕੋਈ ਨਹੀਂ ਆ ਤਾਂ ਗਈ ਨਾ ਉਹ ਆ ਤਾਂ ਗਈ ਆ ਪਰ ਇੰਨੀ ਲੇਟ ਆਈ ਆ ਚਲ ਕੋਈ ਨਹੀਂ ਤੂੰ ਉਹਨੀ ਲੇਟ ਵਾਪਸ ਭੇਜ ਦੇ सारे आ गए मम्मी कितने ने आवाज मार तो मम्मी आ जाओ फिर बना लेंगे बड़ी डिनर कोई
ਕੋਈ ਨਹੀਂ ਤੁਸੀਂ ਆ ਜਾਓ ਪਹਿਲਾਂ ਆਪਾਂ ਕੇਕ ਕੱਟ ਲਈਏ। ਚਲੋ ਦਾਦੀ ਨੂੰ ਬੁਲਾਓ रोटी खा के चले जाना सीगा। नहीं भाभी फिर मेनू बस नहीं मिलनी। सही कहंदी भाभी ओदी बस लेट हो जानी है। जान दे ठीक है ठीक है ਵੀਰੇ ਮੈਂ ਵੀ ਇਸ ਵਾਰ ਸ਼ਗੜੀ ਲਈ ਮੈਂ ਕਿਹਾ ਕੰਮ ਆ ਜਾਂਦੇ ਪੈਸੇ। ਕੀ ਲੋੜ ਸੀ ਦੀਦੀ ਤੁਸੀਂ ਹਰੇਕ ਵਾਰ ਬਹੁਤ ਕਰਦੇ ਹੋ। ਉਹ ਦੇਖੋ ਜੀ ਇੰਨੇ ਪੈਸੇ ਲੈ ਇੰਨੇ ਕੀ ਕਰਨੇ ਸੀ ਸ਼ਗੜ 500 ਬਹੁਤ ਹੁੰਦਾ। ਉਹ ਫਿਰ ਕੀ ਹੋਇਆ ਭਰਾ ਸਾਰੀ ਉਮਰ ਦਿੰਦੇ ਆ ਭੈਣਾਂ ਨੂੰ ਤਾਂ ਕਦੀ ਮੌਕਾ ਮਿਲਦਾ ਅੱਗੋਂ ਰੱਖੜੀ ਆਉਂਦੀ ਆ ਤੂੰ ਉਹ ਪਾਰੀ ਜਿਹੜੇ ਪਾਣੇ ਆ। ਚੱਲ ਠੀਕ ਆ ਭਾਈ ਚੱਲ ਦੇਖਾਂ ਤਾਂ ਸਹੀ ਹਰਪ੍ਰੀਤ ਕਿੰਨਾ ਸ਼ਗਨ ਦੇ ਗਿਆ ਦੇ ਭਰਾ ਨੂੰ। ਆਹ ਦੇਖ ਲਓ ਤੁਹਾਡੀ ਭੈਣ ਦੇ 200 ਰੁਪਏ ਬੜੇ ਹੀ ਗਿਫਟ ਦਿੱਤੇ ਨੇ
इन्ना कैश दिता हर चीज दिती मेनू सूट ना सूट गिफ्ट ना गिफ्ट दिता तू सुना तेरी किद्दा रही रखड़ी की गल तू उदास क्यों बैठी आ नहीं कुछ नहीं कुछ तो है कोई ना तू दस की हो गया तेनू ना तू मन क्यों भर दी तू दस की हो गया तेनू कुछ नहीं भैने मैं तो यही देख लिया कि अजकल कोई भैन भरा कोई रिश्ता नाता नहीं रह गया अजकल तो सब ना पैसे वाले नहीं देखते भैन भरा सब पैसे दे पीर अजकल पैसा ही देखते है मैं नहीं जाना हूं रखड़ी ते नहीं नहीं भैने होया कि दसता सी तू मैनू कुछ नहीं की दसा तेनू तो पता ही है मेरी भरजाई का नहीं ओना तो मैं पता ही आ फिर ऐसा भी उन्हें किया वा कुछ जो देखो टोट ही मार दी है अमन मेरे लिए बेडशीट लेके आई अमन मेरे लिए टी शर्ट लेके आई अमन मेरे लिए आ लेके आई जो मैं जाती हाँ मैनू यही गल सुना है हूँ मैं जिन्हें जोगी हाँ मैं ओना तो करती हाँ वा पर इन मैं की दसा मैनू ये चीजा बहुत फील होंगे ने पर अज जो उन्हें किया ना इस तो बाद मेरा दिल नहीं करता मैं उन्हें घरे जावा अच्छा हम तू मान ना पा चुप हो जा मेरी भैन सब घर यही हाल आ दसता सी एक बार गल की हुई सी तेरे नाल गल की होनी है जे मैं ना देखती ना सुनती तो मैं चुप करके अपने घरे आ जाती मैनू कोई दुख ना हुंदा क्योंकि मैं हर बार सुन के आनी हाँ पर इस बार जो होया ना मैं तेनू दस नहीं सकती होया कि दसता सी तू एक बार मैनू मैं रखड़ी ते गई ना अमन भी आई सी मैं भी गई की होया अमन रख के आई एक मिनट एक मिनट गल सुनो इतनी गल ते की कहना तुसी आओ तो सही एक मिनट चल आया और मम्मी तुसी ठीक रहने हो ਕਿੱਥੇ ਪੁੱਤ ਦਵਾਈਆਂ ਬੂਟੀਆਂ ਖਾਂਦੇ ਰਹਿੰਦੇ ਆ ਬਸ ਏਦਾਂ ਹੀ ਆ ਸਿਹਤ ਉਹ ਸੋਚੋ ਮੈਨੂੰ ਯਾਦ ਰਹਿ ਮੈਂ ਤਾਂ ਦਵਾਈ ਖਾਣੀ ਸੀ ਮੈਂ ਪਾਣੀ ਲੈ ਕੇ ਆਉਂਦੀ ਹਾਂ ਤੁਸੀਂ ਬੈਠੋ ਮੈਂ ਲੈ ਕੇ ਆਉਂਦੀ ਹਾਂ ਸਾਰਾ ਦਿਨ ਲੱਗੇ ਰਹਿੰਦੇ ਹੋ ਕਦੀ ਕੁਛ ਕਰਦੇ ਹੋ ਕਦੀ ਕੁਛ ਕਰਦੇ ਹੋ ਟਿਕਾ ਹੀ ਨਹੀਂ ਹੈਗਾ ਤੁਹਾਨੂੰ ਮੈਂ ਲੈ ਕੇ ਆਉਂਦੀ ਹਾਂ ਪਾਣੀ ਆਇਓ ਇੱਕ ਮਿੰਟ ਮੇਰੀ ਗੱਲ ਸੁਣਿਓ ਹਾਂਜੀ ਤੁਹਾਡੀ ਭੈਣ ਕੀ ਦੇਵੇ ਤੇ ਆਪਾਂ ਜਿਹਨੂੰ ਕੀ ਦੇਵੇ ਦੱਸ ਦੋ ਦੋਨਾਂ ਨੂੰ 2100 ਲਾ ਦੇ ਲੈ ਕੀ ਗੱਲ ਕਰਦੇ ਹੋ ਤੁਸੀਂ ਦੋਨਾਂ ਨੂੰ ਬਰਾਬਰ ਦਾ ਕਿਵੇਂ ਹਰਪ੍ਰੀਤ ਦੀ 2100 ਕਰ ਤੇ ਆਪਾਂ ਜਿਹਨੂੰ 500 ਕਰਨਾ ਹੈ अमन नू 2500 दिता दस मेरे नाल मैं ओदी सकी भैण आ मेरे नाल ही वितकरा कर गया ए गल ठीक नहीं कीती ओने मैं जिन्हें जोगी हाँ ओना तो करती है ना मैं ओदी सकी भैन हाँ पर फिर भी अज उन्हें जिहड़ा आ विकरा किया ना ते उत्तों जिहड़ियां गल्लां करदे ने मेरी सस नहीं है मेरा सोहरा नहीं है वह मेरा घर दा तां है ना वह जिन्हें जोगा वह तां वरतदा ना उहदे नाल पर मैं कुछ मैनूं अज ठीक नहीं लग्या कुछ चल कोई ना भैने तू मान ना भर आपां कहिंदे उहदे पैसिआं ते बैठे आ गल पैसिया दी नहीं है रजो गल प्यार सत्कार दी है आपां कड़ा उत्थे रखड़ियां वेचन जांदे आ या पैसिया लई जांदे आ ओह मैं कड़ा रोज रोज जाना मेरे कोल तां ओही घरों टाइम है नहीं ओह जदों जाओ इन्हां दे मूंह बन जांदे ने वी हुण सानूं खेचल करनी पैणी है सानूं छुट्टी लैणी पैणी है की दसां भैणे बस इन्हां दे इही हाल ने चल छड्ड भैणे ओह तां है ही इह जिहे ने तू ना अपना मन भर तू ना अपना त्यौहार खराब कर तेरी मां तो तेरे वाल ना वो तो तेन मान दिंदी है ना घर गई नू मां तो मान दिंदी है पर जो भरा भरजाइया दे नाल हुंदा ना उही हुंदा पर मैनू ये उम्मीद नहीं सी कि मेरा वीर मेरे नाल इदा करूगा रजो मैं एक चीज देख ली है अजकल खून दे रिश्ते ना खून दे रिश्ते नहीं रह गए अजकल तो ना खून भी सफेद हो गया ओ रिश्ते नाते अज कल यारो हो गए ने सब फिके
ਭੈਣ ਭਰਾ ਵੀ ਬਣਦੇ ਅੱਜ ਕੱਲ ਵੇਖ ਸੋਨੇ ਦੇ ਸਿੱਕੇ ਹੋ ਮਾੜਾ ਬੰਦਾ ਤਕੜੇ ਕੋਲੋਂ ਹੋਰ ਕਿੰਨਾ ਚਿੱਟੂ ਉਹ ਚਿੱਟਾ ਹੋ ਗਿਆ ਲੂ ਭਰਾਵੋ ਚਿੱਟਾ ਹੋ ਗਿਆ।